ਆਪੀ ਨਾ ਮਰਵਾਇਆ ਕਰੋ, ਫੁੜਤ ਫੁੜ ਫੁੜਦੇ ਰਾਤ ਨੂੰ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਲ ਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਹਾਂ ਵੀਡੀਓ ਕਨੇਡਾ ਕਬੱਡੀ ਕੱਪ ਅਤੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਵੀਡੀਓ। ਅਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਅਤੇ ਕਬੱਡੀ ਦੀਆਂ ਹੋਰ ਘੈਂਟ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਣੇ ਹਾਂ। ਅਤੇ ਅੱਜ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ। ਪਹਿਲਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ। ਉੱਥੇ ਫਾਈਨਲ ਮੈਚ ਹੋਇਆ ਸੀ ਟੈਲਫੋਰਡ ਅਤੇ ਮਿਡਵੇ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਮਿਡਵੇ ਸੈਕਿੰਡ ਅਤੇ ਟੈਲਫੋਰਡ ਫਸਟ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਰਮਣਾ ਮੱਲੀਆਂ ਵਾਲਾ, 12 ਕਬੱਡੀਆਂ ਪਾ ਕੇ 11 ਨੰਬਰ ਲਏ। ਅਤੇ ਇੱਥੇ ਬੈਸਟ ਜਾਪੀ ਬਣੇਗਾ ਸਨੀ ਕਾਲੇ ਸੰਘਿਆਂ ਵਾਲਾ, 9 ਟੱਚ ਲੈ ਕੇ 5 ਜਫੇ ਲਾਏ। ਅਤੇ ਬੈਸਟ ਰੇਡਰ ਅਤੇ ਬੈਸਟ ਜਾਪੀ ਲਈ ਕੱਪ ਦਿੱਤੇ ਗਏ ਸਨ। ਅੱਗੇ ਗੱਲ ਕਰਦੇ ਹਾਂ ਕਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਉੱਥੇ ਫਾਈਨਲ ਮੈਚ ਹੋਇਆ ਸੀ ਆਜ਼ਾਦ ਪੰਜਾਬ ਕੇਸਰੀ ਅਤੇ ਸਰਹਾਲਾ ਰਣੂਆ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਸਰਹਾਲਾ ਰਣੂਆ ਸੈਕਿੰਡ ਅਤੇ ਆਜ਼ਾਦ ਪੰਜਾਬ ਕੇਸਰੀ ਫਸਟ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਅੰਬਾਸੁਰ ਸਿੰਘ ਵਾਲਾ, 17 ਕਬੱਡੀਆਂ ਪਾ ਕੇ 15 ਨੰਬਰ ਲਏ। ਅਤੇ ਬੈਸਟ ਜਾਫੀ ਬਣੇਗਾ ਸੱਤੂ ਖਡੂਰ ਸਾਹਿਬ ਵਾਲਾ, 11 ਟੱਚ ਲੈ ਕੇ 5 ਜਫੇ ਲਾਏ। ਇੱਥੇ ਵੀ ਬੈਸਟ ਰੇਡਰ ਅਤੇ ਬੈਸਟ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ। ਹਾਂਜੀ, ਇਹ ਸੀ ਵੀਡੀਓ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।